हाँ जी दोस्तों, सत श्री अकाल जी। दोस्तों, श्री गुरु रामदास जी की नगरी के विच लै के आए हैं एक अमृतसर की एक ऐसी धी को लै के आए हैं जो अपनी छोटी उम्र के विच ही अनफॉर्चुनेटली इन्हां दे फादर की डैथ हो गई ही ते अपनी मदर नू नाल फाइनैंशियली हैल्प कर रहे बी कॉम करन तो बाद। हाँ जी सत श्री अकाल जी। सत श्री अकाल जी, की हाल चाल जी? ठीक है ठीक है। हाँ जी, किवें मन च आया भी ये सैटअप स्टार्ट करना तुसी? एक्चुअली 1 ईयर पहला मेरी ग्रेजुएशन कंप्लीट हो गई है बीकॉम दे विच। हाँ जी। ते उस तो बाद काफी जॉब्स वगैरह मैं ट्राई कीती हैं। हाँ जी। जॉब्स मिल भी गई हैं, मुझे कोई गल नहीं है। हाँ जी। बट ऐ है कि मेरा मन सी कि मैं कुछ अपना ही करना है क्योंकि मेरे पापा दा भी अपना खुद दा बिजनेस हैगा सी। हाँ जी। ते मैं पापा दे पैशन नू फॉलो कीता ते ओही काम नू मैं अगे वधाया। हाँ जी। ते इत्थे की तुसी सेल करदे जे फास्ट फूड दे विच? मेरे को पिज्जा हैगा, बर्गर है, पास्ता है एंड मैगी है। ਤੇ ਮੇਰਾ ਜਿਹੜਾ ਮਤਲਬ ਜਿਹੜਾ ਲੋਕਾਂ ਨੂੰ ਬਹੁਤ ਜ਼ਿਆਦਾ ਪਸੰਦ ਆਂਦਾ ਹੈ ਉਹ ਹੈਗਾ ਮੇਰਾ ਬਰਗੀਜ਼ਾ। ਮਤਲਬ ਤੁਸੀਂ ਬਰਗਰ ਵੀ ਖਾਦੇ ਹੋਣਗੇ, ਪੀਜ਼ਾ ਵੀ ਖਾਦੇ ਹੋਣਗੇ, ਬਟ ਬਰਗੀਜ਼ਾ ਆਈ ਥਿੰਕ ਤੁਸੀਂ ਨਹੀਂ ਖਾਦਾ ਹੋਏਗਾ ਹਲੇ ਤੱਕ। ਤੇ ਉਹ ਮੈਂ ਤੁਹਾਨੂੰ ਪ੍ਰੋਵਾਈਡ ਕਰ ਰਹੀ ਹਾਂ, ਉਹ ਵੀ ਵਧੀਆ ਕੁਆਲਿਟੀ ਦੇ ਵਿੱਚ ਔਰ ਚੀਪ ਪ੍ਰਾਈਸਿਸ ਦੇ ਵਿੱਚ। ਹਾਂਜੀ, ਬਰਗੀਜ਼ਾ ਤਾਂ ਬਹੁਤ ਘੱਟ ਲੋਕ ਬਣਾਉਂਦੇ ਆ। ਹਾਂਜੀ ਹਾਂਜੀ, ਮੈਂ ਸਭ ਤੋਂ ਅੰਮ੍ਰਿਤਸਰ 'ਚ ਮੈਂ ਸਭ ਤੋਂ ਪਹਿਲੀ ਹਾਂ ਜਿਹਨੇ ਬਰਗੀਜ਼ਾ ਤੁਹਾਨੂੰ ਖਿਲਾ ਰਹੀ ਹਾਂ। ਹਾਂਜੀ ਹਾਂਜੀ, ਤੇ ਦੇਖੋ ਤੁਸੀਂ ਕਿਸ ਤਰ੍ਹਾਂ ਬਣਦਾ। ਹਾਂਜੀ, ਐ ਬਰਗਰ ਮੈਂ ਲੈ ਰਿਹਾ ਬੋਨ ਕੰਪਨੀ ਦੇ। ਹਾਂਜੀ, ਐਡਿਟ ਕਰ ਲਓ। ਉਹਦੇ ਉੱਪਰ ਐ ਮੈਂ ਮਯੋਨੀਜ਼ ਲਗਾ ਰਹੀ ਹਾਂ। ਹਾਂਜੀ, ਦੈਨ ਦੂਸਰੇ ਬਰਗਰ ਦੇ ਉੱਪਰ ਮੈਂ ਪੀਜ਼ਾ ਸੌਸ ਲਗਾ ਰਹੀ ਹਾਂ। ਪੀਜ਼ਾ ਸੌਸ ਆ ਗਈ। ਇਹ ਸਾਰਾ ਪੀਜ਼ਾ ਸੌਸ ਵਗੈਰਾ ਆਪ ਜੀ ਖੁਦ ਰੈਡੀ ਕਰਦੇ? ਨਹੀਂ ਨਹੀਂ, ਐ ਮੈਂ ਵਿਭਾ ਕੰਪਨੀ ਦੀ ਯੂਜ਼ ਕਰਦੀ ਹਾਂ। ਅੱਛਾ, ਹਾਂਜੀ ਠੀਕ ਹੈ, ਰੈਡੀਮੇਡ। ਦੈਨ ਇਹਦੇ ਉੱਪਰ ਫੇਰ ਇੱਕ ਹੀ ਐਡ ਕੀਤਾ, ਇਹ ਵੀ ਮਯੋਨੀਜ਼ ਹੀ ਹੈ। ਮਯੋਨੀਜ਼, ਹਾਂਜੀ। ਦੈਨ ਇਹਦੇ ਉੱਪਰ ਮੈਂ ਵੈਜਿਸ ਐਡ ਕਰਾਂਗੀ, ਅਨੀਅਨ, ਕੈਪਸਿਕਮ, ਕੌਰਨ, ਟੋਮੈਟੋਜ਼। ਹਾਂਜੀ। ਦੈਨ ਇਹਦੇ ਉੱਪਰ ਚੀਜ਼ ਡਰੈਸਿੰਗ। ਹਾਂਜੀ। ਮੋਜ਼ਰੇਲਾ ਚੀਜ਼ ਹੈ। ਮੋਜ਼ਰੇਲਾ ਚੀਜ਼ ਆ ਗਿਆ। ਇਹਦਾ ਪ੍ਰਾਈਸ ਕੀ ਰਹਿੰਦਾ? ਇਹਦਾ ਆਫਲਾਈਨ ਪ੍ਰਾਈਸ 75 ਹੈ। 75? ਹਾਂਜੀ। ਇੱਕ ਬੰਦੇ ਲਈ ਨਾ ਫੁੰਦਾ ਰੱਜਣ ਲਈ? ਹਾਂਜੀ ਹਾਂਜੀ, ਬਹੁਤ ਬਹੁਤ ਹੈਵੀ ਹੁੰਦਾ, ਇੱਕ ਜਣੇ ਕੋ ਵੀ ਨਹੀਂ ਖਾਦਾ ਜਾਂਦਾ ਵੈਸੇ ਤੇ। ਹਾਂਜੀ ਠੀਕ ਹੈ ਠੀਕ ਹੈ। ਤੇ ਤੁਸੀਂ ਕਿਤੇ ਸਿੱਖਿਆ ਕਿ ਆਪੇ? ਇਹ ਮਤਲਬ ਜਿਸ ਤਰ੍ਹਾਂ YouTube ਵਗੈਰਾ ਦੀ ਵੀਡੀਓਜ਼ ਵਗੈਰਾ ਦੇਖ ਕੇ ਥੋੜਾ ਆਪਣਾ ਆਈਡੀਆ ਲਗਾ ਕੇ। ਓਕੇ। ਇਹਦੇ ਉੱਪਰ ਦੈਨ ਚਿਲੀ ਫਲੇਕਸ ਮੈਂ ਐਡ ਕਰ ਰਹੀ ਹਾਂ। ਹਾਂਜੀ। ਔਰ ਓਰੇਗਾਨੋ। ਓਰੇਗਾਨੋ। ਐਨ ਹੁਣ ਮੈਂ ਬੇਕ ਕਰਨ ਵਾਸਤੇ ਰੱਖ ਦਾਂਗੀ। ਹਾਂਜੀ, ਇਹ ਕਰਤਾ ਬੇਕ ਓਵਨ ਦੇ ਅੰਦਰ। ਹਾਂਜੀ, ਨੂੰ ਹਾਰਡਲੀ ਬਸ 5 ਤੋਂ 7 ਮਿੰਟਸ ਲੱਗਣਗੇ। ਓਕੇ, ਹੁੰਦੇ ਰਹੋ ਹੁੰਦੇ ਰਹੋ ਹੁੰਦੇ ਰਹੋ। ਇਹ ਮੇਰਾ ਪੀਜ਼ਾ ਦਾ ਉੱਪਰ ਵਾਲਾ ਪੋਰਸ਼ਨ ਜਿਹੜਾ ਹੈ, ਪੀਜ਼ਾ ਵਾਲਾ ਪਾਰਟ। ਹਾਂਜੀ, ਉਹ ਬਣ ਕੇ ਰੈਡੀ ਹੈ। ਹਾਂਜੀ, ਬਰਗੀਜ਼ਾ ਦਾ। ਹਾਂਜੀ ਹਾਂਜੀ, ਓਕੇ, ਬਰਗੀਜ਼ਾ ਦਾ। ਓਕੇ, ਇਹ ਦੂਸਰੇ ਪਾਰਟ ਉੱਪਰ ਮੈਂ ਟਿੱਕੀ ਲਗਾਈ ਹੈ। ਹਾਂਜੀ, ਉਹਦੇ ਉੱਪਰ ਦੈਨ ਅਨੀਅਨਸ ਐਡ ਕਰਾਂਗੀ ਮੈਂ। ਹਾਂਜੀ, ਔਰ ਟੋਮੈਟੋਜ਼। ਓਕੇ, ਇਹਦੇ ਉੱਪਰ ਹੁਣ ਮੈਂ ਵਿਭਾ ਕੰਪਨੀ ਦੀ 1000 ਆਈਲੈਂਡ ਸੌਸ ਐਡ ਕੀਤੀ। ਹਾਂਜੀ ਠੀਕ ਹੈ। ਇਹ ਵਾਲਾ ਹੁਣ ਉੱਪਰ ਪੀਜ਼ਾ ਵਾਲਾ ਪਾਰਟ ਇਹਦੇ ਉੱਪਰ ਐਡ ਕਰ ਦਿੰਦੇ ਹਾਂ। ਇਹਨੂੰ ਮੈਂ ਪਿੰਨ ਦੇ ਨਾਲ ਮੈਂ ਹੋਲਡ ਕਰ ਦਿੰਦੀ ਹਾਂ ਤਾਂ ਕਿ ਕਸਟਮਰ ਕੋਲ ਮਤਲਬ ਖਰਾਬ ਨਾ ਹੋ ਜਾਵੇ। ਹਾਂਜੀ, ਮੇਰਾ ਬਰਗੀਜ਼ਾ ਬਣ ਕੇ ਰੈਡੀ ਹੈ। ਹਾਂਜੀ, ਇਹਨੂੰ ਹੁਣ ਆਪਾਂ ਸਰਵ ਕਰਾਂਗੇ ਸੌਸ ਦੇ ਨਾਲ। ਹਾਂਜੀ, ਐਂਡ ਵਿਦ ਓਰੇਗਾਨੋ ਐਂਡ ਚਿਲੀ ਫਲੇਕਸ। ਓਕੇ, ਤੇ ਕਸਟਮਰ ਦੇ ਰਿਵਿਊਸ ਕੀ ਆ ਰਹੇ ਤੁਹਾਨੂੰ ਜੋਮੈਟੋ ਦੇ ਇਸ ਬਾਰੇ? ਬਹੁਤ ਜ਼ਿਆਦਾ ਵਧੀਆ, ਮਤਲਬ ਕਿ ਉਹਨਾਂ ਨੇ ਕਦੀ ਇਹ ਚੀਜ਼ ਖਾਧੀ ਨਹੀਂ ਹੈ। ਅੱਜ ਹੀ ਹਲੇ ਇਵਨ ਕਿ ਮੈਨੂੰ ਕਾਫੀ ਬਰਗੀਜ਼ਾ ਦੇ ਆਰਡਰਸ ਜ਼ਿਆਦਾ ਆ ਰਹੇ ਅੱਜ ਕੱਲ ਤੇ। ਹਾਂਜੀ, ਜਦੋਂ ਦੀ ਮੇਰੀ ਮਤਲਬ ਵੀਡੀਓ ਪਈ ਹੈ ਫੇਸਬੁੱਕ ਵਗੈਰਾ ਤੇ ਲੋਕੀ ਕਾਫੀ ਕੰਟੈਕਟ ਕਰ ਰਹੇ ਆ। ਹਾਂਜੀ, ਤੁਹਾਡੀ ਵੀਡੀਓਜ਼ ਦੇਖੀ ਹੈ। ਹਾਂਜੀ, ਤੇ ਅੱਜ ਤੁਸੀਂ ਲੁੱਕ ਦੇਖ ਸਕਦੇ ਹੋ ਬਰਗੀਜ਼ਾ ਦੀ। ਹਾਂਜੀ, ਪੀਜ਼ਾ ਵੀ ਹੈ ਨਾਲ ਬਰਗਰ ਵੀ ਹੈ। ਹਾਂਜੀ, ਇਸ ਤੋਂ ਇਲਾਵਾ ਆਪ ਜੀ ਕੋ ਹੋਰ ਕੀ ਕੀ ਹੁੰਦਾ ਆ? ਇਸ ਤੋਂ ਇਲਾਵਾ ਮੇਰੇ ਕੋ ਕਾਫੀ ਤਰ੍ਹਾਂ ਦੇ ਪੀਜ਼ਾ ਮਿਲ ਜਾਣਗੇ, 2-3 ਤਰ੍ਹਾਂ ਦੇ ਬਰਗਰਸ ਹੋਰ ਵੀ ਮਿਲ ਜਾਣਗੇ, ਮੈਗੀ ਮਿਲ ਜਾਏਗੀ, ਪਾਸਤਾ ਮਿਲ ਜਾਏਗਾ। ਤੇ ਉਹਦੇ ਕੀ ਕੀ ਪ੍ਰਾਈਸ ਰੇਂਜ ਕੀ ਰਹਿੰਦੀ? ਪੀਜ਼ਾ ਮੇਰਾ ਜੋ ਹੈ ਉਹ 109 ਤੋਂ ਸਟਾਰਟ ਹੈ। ਹਾਂਜੀ,
रिया इनू ज्यादा तो ज्यादा सपोर्ट करो, एक नंबर क्वालिटी मिलूगी। बाकी आवे कि मेरा इंस्टाग्राम और यूट्यूब पे भी चैनल है द बीकॉम पिज़्ज़ा स्टोरी, तो तू जाके मेनू फॉलो करो, मेरी वीडियोस देखो, लाइक शेयर सब्सक्राइब करो। हां जी, ते इनना दी भी वीडियो देखो, इनना भी इनना दे चैनल भी फॉलो करो। हां जी, तुसी इनना दी चीज खाओगे ताडा एक भी पैसा वेस्ट नहीं होगा। ये कहंदे क्वालिटी ना कोई कॉम्प्रोमाइज नहीं करदे वेपा दियां। अगर किसी ने ऑर्डर करना हो जोमैटो ते ते ओनली जोमैटो ते भी ऑर्डर कर सकदा है। द बीकॉम पिज़्ज़ा स्टोरी जोमैटो ते मेरी आईडी है, उत्थे जाके तुसी ऑर्डर कर सकदे हो। जे ऑफलाइन तुसी चाहंदे हो ते मेरे घरो मतलब स्क्रीन ते मैं नंबर मेंशन कर दांगी, तुसी उत्थे मेनू कॉल कर दो, देन मेरे घरो पिक कर सकदे हो। डाइन इन दी मतलब सर्विस अवेलेबल नहीं है, तुसी घरो पिक करके लेके जा सकदे हो। हां जी, ठीक है दोस्तों, ज्यादा तो ज्यादा ए सारी छोटी भैन रही है, इन्हां नूं ज्यादा तो ज्यादा सपोर्ट करो, ਤੁਹਾਡਾ ਇੱਕ ਵੀ ਪੈਸਾ ਵੇਸਟ ਨਹੀਂ ਹੋਊਗਾ। ਇਹਨਾਂ ਦੇ ਅਨਫੋਰਚੁਨੇਟਲੀ ਫਾਦਰ ਦੀ ਡੈਥ ਹੋ ਗਈ ਸੀ 2021 'ਚ, ਅਤੇ ਇਹ ਆਪਣੇ ਮਦਰ ਨੂੰ ਸਪੋਰਟ ਕਰ ਰਹੇ ਆ ਬਹੁਤ ਜ਼ਿਆਦਾ। ਇੰਨੀ ਛੋਟੀ ਉਮਰ ਦੇ ਹੋਣ ਦੇ ਬਾਵਜੂਦ ਹੀ ਬੀਕੌਮ ਕੀਤੀ ਆ, ਜਿੱਦਾਂ ਆਪਾਂ ਸੋਚਦੇ ਵੀ ਇਹ ਖੇਡਣ ਕੁੱਦਣ ਦੀ ਉਮਰ ਹੁੰਦੀ ਆ, ਵੀ ਇਹ ਫਿਰ ਵੀ ਇਹਨਾਂ ਦੀ ਸੋਚ ਬਹੁਤ ਵਧੀਆ ਆ ਵੀ ਆਪਣੇ ਮੰਮੀ ਨੂੰ ਇੰਨਾ ਸਪੋਰਟ ਕਰ ਰਹੇ ਆ। ਜ਼ਿਆਦਾ ਤੋਂ ਜ਼ਿਆਦਾ ਸਪੋਰਟ ਕਰੋ। ਧੰਨਵਾਦ ਜੀ।